are watching Channel Y. Channel Y, a South Asian Canadian channel. ਸੁਖਬੀਰ ਸਿੰਘ ਬਾਦਲ ਅੱਜ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬਾਦਲ ਨੇ ਸਿੱਟ ਉੱਤੇ ਸਵਾਲ ਖੜੇ ਕਰਦਿਆਂ ਹੋਏ ਕਿਹਾ ਕਿ ਸਿੱਟ ਕਾਂਗਰਸ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ। ਅੱਜ ਤੋਂ ਪਹਿਲਾਂ ਕਦੇ ਵੀ ਕੋਈ ਸਿੱਟ ਮੀਡੀਆ ਸਾਹਮਣੇ ਨਹੀਂ ਸੀ। ਪਹਿਲੀ ਵਾਰ ਹੈ ਕਿ ਜਦੋਂ ਸਿੱਟ ਮੀਡੀਆ ਨੂੰ ਪ੍ਰੈਸ ਬਰੀਫਿੰਗ ਕਰ ਰਹੀ ਹੋਵੇ। ਅੱਜ ਤੱਕ ਤੁਸੀਂ ਕੋਈ ਵੀ ਇਨਵੈਸਟੀਗੇਸ਼ਨ ਦੇਖ ਲਓ, ਇੱਕ ਵੀ ਇਨਵੈਸਟੀਗੇਸ਼ਨ ਅਫਸਰ ਪ੍ਰੈਸ ਨੂੰ ਬਰੀਫਿੰਗ ਨਹੀਂ ਕਰਦਾ। ਆਪ ਜਾਣ ਕੇ, ਕਿਉਂਕਿ ਇਹਨਾਂ ਨੂੰ ਜਾਣ ਕੇ ਪੋਲੀਟਿਸਾਈਜ਼ ਕਰ ਰਿਹਾ ਸਾਰਾ ਗੇਮ। ਸਭ ਤੋਂ ਪਹਿਲੇ ਤਾਂ ਮੈਂ ਸੀ ਉਹਨਾਂ ਦੇ ਸਾਹਮਣੇ ਪੇਸ਼ ਹੋਇਆ, ਬਾਲ ਸਾਹਿਬ ਵੱਡੇ ਪੇਸ਼ ਹੋਏ, ਸਾਨੂੰ ਕੀ ਧਮਕੀ ਦੇਣ ਦੀ ਲੋੜ ਹੈ? ਅਸੀਂ ਇੰਨਾ ਪੇਸ਼ ਹੀ ਨਾ ਹੁੰਦੇ ਉਦੋਂ। ਅਸੀਂ ਪੇਸ਼ ਤਾਂ ਹੋਏ ਕਿਉਂਕਿ ਸਾਨੂੰ ਉਮੀਦ ਸੀ ਕਿ ਫੇਰ ਪੁਲਿਸਿੰਗ ਹੋਊਗੀ, ਪੁਲਿਸ ਇਨਵੈਸਟੀਗੇਸ਼ਨ ਹੋਊਗੀ। ਪਰ ਜਦੋਂ ਇਹਨਾਂ ਨੇ ਪੋਲੀਟਿਸਾਈਜ਼ ਕਰ ਦਿੱਤਾ, ਤੁਸੀਂ ਦੇਖ ਲਓ ਕਾਂਗਰਸ ਜਾਖੜ ਦਾ ਬਿਆਨ ਆਉਂਦਾ ਹੈ ਕਿ ਹੁਣ ਅਸੀਂ ਆਪਣੇ ਇਹਨੂੰ ਅਰੈਸਟ ਕਰਾਉਣਾ, ਆਪਣੇ ਐਕਸ ਵਾਈ ਜ਼ੈਡ। ਅਗਲੇ ਦਿਨ ਆਉਂਦਾ, ਪਤਾ ਲੱਗਦਾ ਕਿ ਕੁਮਾਰ ਵਿਜੈ ਉਹਨੂੰ ਅਰੈਸਟ ਕਰ ਲੈਂਦਾ। ਕੈਪਟਨ ਦੇ ਮਿਨਿਸਟਰਾਂ ਦਾ ਆਉਂਦਾ, ਅਸੀਂ ਹੁਣ ਇਹਦੇ 'ਤੇ ਕੇਸ ਕਰਾਂਗੇ, ਅਗਲੇ ਦਿਨ ਉਹਨਾਂ 'ਤੇ ਕੇਸ ਕਰ ਦਿੰਦੇ ਆ। ਜਦੋਂ ਤੁਸੀਂ ਪੋਸਟ 'ਤੇ ਬੈਠੇ ਹੋ, ਤੁਹਾਨੂੰ ਫੇਰ ਰਹਿਣਾ ਚਾਹੀਦਾ। ਮੈਂ ਆਹ ਕਿਹਾ ਸੀ। ਦੂਜੀ ਗੱਲ, ਅੱਜ ਤੱਕ ਹਿਸਟਰੀ ਹੈ, ਕਿਤੇ ਇਨਵੈਸਟੀਗੇਸ਼ਨ ਅਫਸਰ, ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਤੁਸੀਂ ਪ੍ਰੈਸ ਨੂੰ ਬਰੀਫਿੰਗ ਕਰ ਰਹੇ ਹੋ। ਇਹ ਸਭ ਤੋਂ ਵੱਡੀ ਪੋਲੀਟਿਸਾਈਜੇਸ਼ਨ ਤਾਂ ਹੈ ਕਿ ਇਹ ਸਾਰੀ ਗੇਮ ਹੀ ਹੈ, ਤਾਂ ਪਤਾ ਲੱਗਦਾ ਸਾਰਾ ਗੇਮ ਹੀ ਹੈ। ਉਹ ਜਾਣ ਕੇ ਨਾ ਉਹ ਕਾਂਗਰਸ ਇਜ਼ ਯੂਜ਼ਿੰਗ ਆਫੀਸ਼ੀਅਲ ਮਸ਼ੀਨਰੀ ਫੋਰ ਦਿਸ ਇਲੈਕਸ਼ਨ। ਲੋਕ ਸਭਾ ਚੋਣਾਂ ਵਾਸਤੇ ਕੱਲ੍ਹ ਨੂੰ ਬਦਨਾਮ ਕਰਨ ਦੀ ਸਾਰੀ ਸਾਜ਼ਿਸ਼ ਹੋ ਰਹੀ ਸੀ। ਸਾਰਾ ਗੇਮ ਇੱਕੋ ਇੱਕ ਹੈ, ਸਾਰਾ ਗੇਮ। ਬਾਦਲ ਸਾਹਿਬ, ਤੁਸੀਂ ਵੀ ਪ੍ਰੈਸ, ਹਰ ਚੀਜ਼ 'ਚ ਫੇਲ ਹੋ ਗਏ ਹੋ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਰ ਚੀਜ਼ 'ਚ ਫੇਲ ਹੋ ਗਏ। ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ, ਆਪਣੀਆਂ ਕਮੀਆਂ, ਜੇ ਨਾ ਇੱਥੇ ਡਿਵੈਲਪਮੈਂਟ ਕਰਾਈ ਹੈ, ਨਾ ਸਾਲਾਂ ਸਹੂਲਤਾਂ ਸਾਰੀਆਂ ਬੰਦ ਕਰਤੀਆਂ, ਮੁੱਖ ਮੰਤਰੀ ਆਉਂਦਾ ਨਹੀਂ, ਮਿਲਦਾ ਨਹੀਂ, ਨਿਖਿੱਧ ਮੁੱਖ ਮੰਤਰੀ ਹੈ, ਸਾਰੀਆਂ ਕਮੀਆਂ ਨੂੰ ਲਾਉਣਗੇ। ਇਸ ਸੈਂਟੀਮੈਂਟਸ ਐਜ਼ ਅ ਹੋਮ ਮਿਨਿਸਟਰ ਜੀ ਮੈਂ ਕੀਤੀ ਹੈ ਜੀ, ਐਜ਼ ਅ ਹੋਮ ਮਿਨਿਸਟਰ। ਆਫੀਸ਼ੀਅਲ ਪ੍ਰੈਸ ਕਾਨਫਰੰਸ ਹੈ ਜੀ, ਇਨਵੈਸਟੀਗੇਸ਼ਨ ਨਹੀਂ ਹੈ। ਆਫੀਸ਼ੀਅਲ ਹੋਮ, ਉਹਦੇ ਵਿੱਚ ਤੁਸੀਂ ਇਹ ਵੀ ਕਿਹਾ ਸੀ ਵੀ ਵਿਦੇਸ਼ਾਂ ਦੇ ਵਿੱਚ ਤਾਰਨੇ ਜੁੜੇ ਹੋਏ ਨੇ, ਬੰਦੇ ਫੜੇ ਨੇ। ਯੈਸ, ਬਿਕੋਜ਼ ਨਹੀਂ ਨਹੀਂ ਉਹ ਕਿੱਥੇ ਗਈ ਗੱਲ? ਮੈਂ ਉਹ ਪਹਿਲੀ ਗੱਲ ਹੈ, ਉਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਜੂਗਾ ਜੋ ਕਰ ਰਹੇ ਹੋ। ਆਈ ਦੇਲ ਵੀ ਦ ਬੈਸਟ ਪਰਸਨ ਟੂ ਆਨਸਰ। ਬਾਦਲ ਸਾਹਿਬ, ਸੰਗਰੂਰ ਤੋਂ ਕੈਂਡੀਡੇਟ ਕੌਣ ਆਪਣਾ? ਢੀਂਡਸਾ ਸਾਹਿਬ ਹੋਣਗੇ ਕੈਂਡੀਡੇਟ। ਸੰਗਰੂਰ ਤੋਂ ਜਲਦੀ ਹੀ ਅਸੀਂ, ਇਕੱਲੇ ਸੰਗਰੂਰ ਤੋਂ ਨਹੀਂ, ਸਾਰੀਆਂ ਸੀਟਾਂ ਮੈਂ ਇੰਡੀਵਿਜੁਅਲੀ ਆਇਆ ਜਾ ਕੇ ਅਨਾਊਂਸ ਥੋੜ੍ਹੀ ਕਰ ਰਿਹਾ ਹੁੰਦਾ, ਤੇ ਅਸੀਂ ਲਿਸਟ ਕੱਢਾਂਗੇ। ਇੱਕ ਵੱਡੇ ਢੀਂਡਸਾ ਸਾਹਿਬ, ਇੱਕ ਵੱਡੇ ਢੀਂਡਸਾ ਸਾਹਿਬ ਚੁੱਪ ਨੇ, ਉਹਦਾ ਨੁਕਸਾਨ ਕਿੰਨਾ ਹੋ ਰਿਹਾ ਜੀ? ਮੇਰੇ ਤਾਂ ਪਿਤਾ ਹੈਗੇ, ਸਮਾਨ ਹੈਗੇ, ਮੈਂ ਜਿਹੜਾ ਹੈਗਾ ਮੈਂ ਤੁਹਾਨੂੰ ਜਾਂਦਾ ਹੀ ਰਹਿਣਾ, ਮੱਥਾ ਵੀ ਟੇਕਦਾ ਰਹਿਣਾ। ਜਦੋਂ ਮੇਰਾ ਮਤਲਬ ਹੈ, ਤੁਸੀਂ ਐਵੇਂ ਹੀ ਜਾਣ ਕੇ ਪੰਗੇ ਲੈਣੋਂ ਫੜ ਦੇਣੇ। ਦੋ ਗੱਲਾਂ, ਕਈ ਪਰਿਵਾਰਵਾਦ ਹਰ ਚੀਜ਼ 'ਚ ਹੈਗਾ, ਪਰ ਕਿਤੇ ਕੰਪੀਟੈਂਟ ਪਰਿਵਾਰਵਾਦ ਹੁੰਦਾ, ਇੱਕ ਹੁੰਦਾ ਇਨਕੰਪੀਟੈਂਟ। ਫਰਕ ਹੈ ਕੰਪੀਟੈਂਟ ਅਤੇ ਇਨਕੰਪੀਟੈਂਟ ਦਾ। ਮੈਂ ਤਾਂ ਕਈ ਮੀਡੀਆ ਵਾਲੇ ਮੈਂ ਦੇਖਿਆ, ਉਹਨਾਂ ਮੁੰਡੇ ਵੀ ਮੀਡੀਆ 'ਚ ਆ ਜਾਂਦੇ ਹੈ, ਹੈਂ ਇਟਸ ਟੂ ਡਾਕਟਰ ਦੇ ਮੁੰਡੇ ਡਾਕਟਰ ਚਲੇ ਜਾਂਦੇ ਆ, ਲਾਇਰ ਦੇ ਨਾਲ ਟ੍ਰੋਲ ਚੱਲਦੇ, ਪਰ ਕੋਈ ਪਾਸ, ਕੋਈ ਫੇਲ ਹੋ ਜਾਂਦੇ ਆ, ਕੋਈ ਪਾਸ ਹੋ ਜਾਂਦੇ ਆ, ਫਰਕ ਆ। Watching Channel Y, a South Asian Canadian channel.